the kid. Aao dardani mara, mera sidhu moose wala. Part number 5 chajj da vichar. Kar to kar. ਅਸਲਾਮ ਅਲੈਕੁਮ ਜੀ, ਕਿੱਦਾਂ ਸਾਰੇ ਵੀਰ ਭੈਣ ਭਰਾ ਅਤੇ ਮਿੱਤਰ ਬੇਲੀ। ਉਮੀਦ ਕਰਾਂਗਾ ਸਾਰੇ ਵੀਰ ਭੈਣ ਭਰਾ ਅਤੇ ਮਿੱਤਰ ਬੇਲੀ ਫਿੱਟ ਹੋਣਗੇ ਅਤੇ ਡੰਡਾ ਸਰਵਸ ਹੋਣਗੇ। ਸਾਰੇ ਮਿੱਤਰਾਂ ਦਾ ਵੈਲਕਮ ਜੀ ਆਪਣੇ ਚੈਨਲ ਮੂਸੇ ਵਾਲਾ ਰਿਐਕਸ ਦੇ ਉੱਤੇ। ਅਤੇ ਬਾਈ ਅੱਜ ਰਿਐਕਸ਼ਨ ਲੈ ਕੇ ਆਏ ਹਾਂ ਚੱਜ ਦਾ ਵਿਚਾਰ ਪਾਰਟ ਨੰਬਰ 5, ਬਾਈ ਸਿੱਧੂ ਮੂਸੇ ਵਾਲੇ ਦੀ। ਅਤੇ ਜਿਹੜੇ ਚੱਜ ਦੇ ਵਿਚਾਰ ਵਾਲੇ, ਜਿਹੜੇ ਮਤਲਬ ਸ਼ੋਅ 'ਚ ਕੰਟਰੋਵਰਸੀ ਜਿਹੜੀ ਚੱਲੀ ਸੀ ਇਹਨਾਂ ਦੀ, ਉਹਨਾਂ ਦੇ ਉੱਤੇ ਗੱਲਾਂ ਬਾਤਾਂ ਹੋ ਰਹੀਆਂ ਹੈ, ਨਾਲ ਗੱਲਾਂ ਬਾਤਾਂ ਉਹਨਾਂ ਦੀ ਲਾਈਫ ਦੇ ਬਾਰੇ ਹੋ ਰਹੀਆਂ, ਨਾਲ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਦੀ ਸਿਆਸੀ ਲਾਈਫ ਦੇ ਬਾਰੇ। ਬੜੀਆਂ ਲੂਣੀਆਂ ਮਿੱਠੀਆਂ ਸਲੂਣੀਆਂ ਗੱਲਾਂ ਹੋ ਰਹੀਆਂ। ਵੀਡੀਓ ਦੇਖਦੇ ਆ ਤੇ ਨਾਲ ਨਾਲ ਇੰਜੋਏ ਕਰਦੇ ਆ। ਲੈਟ ਗੈਟ ਚੈਟ ਤੇ ਸ਼ੈਟ ਸਟਾਰਟ। ਤੇ ਮੇਰੇ ਪਿੰਡ ਦੀਆਂ ਬੁੜੀਆਂ ਨੇ ਮੈਨੂੰ ਸਿਰਫ ਮੂੰਫਲੀ ਤੇ ਦਿੱਤਾ ਤਾ, ਮੂੰਫਲੀ ਤੇ। ਤੇ ਸਾਡੇ 31 ਸਾਲਾਂ ਦਾ ਇਤਿਹਾਸ ਕਰੇ, ਸ਼ਰਾਬ ਤੋਂ ਬਿਨਾਂ ਕੋਈ ਸਰਪੰਚ ਨਹੀਂ ਦਿੱਤੇ। ਤੇ ਜਦੋਂ ਜਿਤਾ ਤਾ ਮੈਨੂੰ ਸ਼ਰਾਬ ਬੰਦ ਕਰਵਾ ਤੀ। ਤੇ ਜੇ ਉਹਨਾਂ ਨੇ ਮੇਰਾ 20 ਲੱਖ ਲਵਾਇਆ ਹੁੰਦਾ ਤਾਂ ਓਬੀਅਸ ਗੱਲ ਹੈ, ਚਾਹੇ ਮੇਰੇ ਕੋਲ ਢੇਰ ਲੱਗਿਆ ਪਿਆ ਪੈਸੇ ਦਾ, ਮੈਂ ਆਪਦਾ 20 ਲੱਖ ਨਹੀਂ ਛੱਡਦਾ। ਮੰਡੀ ਕਹਿੰਦੇ ਆ ਨਾ, ਉਹੀ ਤਾਂ ਸੁਧਾਰਨਾ। ਮੈਂ ਕਿਹਾ ਯਾਰ ਹਾਰ ਜਾਂਗੇ, ਠੀਕ ਹੈ, ਪਰ ਗਲਤ ਕੰਮ ਨਹੀਂ। ਵੀ ਜੇ ਮੇਰੇ ਪਿੰਡ ਦੇ ਨੇ ਮੈਨੂੰ ਨਿਰਪੱਖ ਹੋ ਕੇ ਮੈਨੂੰ ਜਿਤਾ ਤਾ ਤਾਂ ਮੈਂ ਵੀ ਨਿਰਪੱਖ ਹੋ ਕੇ ਉੱਥੇ ਪੈਸੇ ਲਾਏ ਨੇ, ਮਿੱਠਿਆ ਨਹੀਂ ਖਾਧੀ। ਜੇ ਮੇਰਾ 20 ਲੱਖ ਲਵਾਇਆ ਹੁੰਦਾ ਭਾਈ ਮੈਂ ਖਾਂਦਾ, ਫਿਰ ਜੇ ਜਿਹਦਾ 2.5 ਕਰੋੜ ਲਵਾ ਤਾ ਤੁਸੀਂ, ਉਹ 2.5 ਕਰੋੜ ਕਿੱਥੋਂ ਲਿਆਓ? ਚੰਨੀ ਹੋਣਾ ਦੇ ਗੱਲ ਪੈਂਦੇ ਆ, ਅਸੀਂ ਹਮੇਸ਼ਾ ਕਲਾਕਾਰਾਂ ਦੇ ਗੱਲ ਪੈਂਦੇ ਆ ਵੀ ਤੁਸੀਂ ਚੰਨੀ ਕਲਾਕਾਰ ਗਾਣੇ ਨਹੀਂ ਬੰਦ ਕਰ ਸਕਦੇ। ਡਿਮਾਂਡ ਕੌਣ ਕਰਦਾ ਚੰਨੀ ਦੇ? ਕੋਈ ਉਗਲ ਨੀ ਨਿਕਲਦੀ ਉਹ ਕਵੀ ਮੇਰੇ ਕੋਲ ਇੰਨੇ ਪੈਸੇ, ਮੈਂ ਦਾਰੂ ਪਿਆਵਾਂ ਲੋਕਾਂ ਨੂੰ, ਨਸ਼ਾ ਕਰਾਵਾਂ, ਕਿਸੇ ਦੇ ਕੋਈ ਉਗਲ ਨਹੀਂ। ਸਾਰਿਆਂ ਕੋਲ ਪੈਸਾ ਜਿਹੜਾ ਹੁੰਦਾ, ਅਗਲਾ ਕਹਿੰਦਾ ਮੈਂ ਯਾਰ ਬੱਚਾ ਮੈਂ ਉਹਦੇ ਪਰਿਵਾਰ 'ਤੇ ਲਾਵਾਂ। ਲੋਕ ਡਿਮਾਂਡ ਕਰਦੇ ਨੇ, ਮੈਡਮ ਲੋਕ ਕਹਿੰਦੇ ਨੇ ਵੀ ਭਾਈ ਦਾਰੂ ਲਿਆ, ਨਹੀਂ ਨਹੀਂ ਪੈਂਦੀ ਇੱਥੇ, ਲਿਆਉਣੀ ਪੈਂਦੀ ਹੈ ਇੱਥੇ, ਹਾਰ ਨੂੰ ਕੌਣ ਆਉਂਦਾ ਜੀ? ਸਾਰੇ ਜਿੱਤਣ ਨੂੰ ਉਹਨੇ, ਮੈਂ ਵੀ ਜਿੱਤਣ ਨੂੰ ਆਇਆ। ਪਰ ਉਹੀ ਗੱਲ ਹੈ ਨਾ ਵੀ ਸੱਚਾਈ ਸੁਣਨ ਨੂੰ ਕੋਈ ਰਾਜ਼ੀ ਨਹੀਂ। ਲੋਕ ਇਮਾਨਦਾਰ ਲੀਡਰ ਮੰਨਦੇ ਨੇ, ਮੰਗਦੇ ਨੇ, ਪਰ ਇਮਾਨਦਾਰ ਵੋਟਰ ਬਣਨ ਦੀ ਇਮਾਨਦਾਰੀ ਤੇ ਖੜ ਗਿਆ, ਉਹ ਤਾਂ ਫਲੋਪ ਹੋ ਗਿਆ ਨਾ ਬੇਚਾਰਾ। ਉਹਨੇ ਮਿਹਨਤ ਕਰੀ, ਲੋਕਾਂ ਦੇ ਹੱਥ ਬੰਨੇ, ਉਹਦੀ ਥਾਂ ਤੇ ਕੋਈ ਹੋਰ ਦਾਰੂ ਵਾਲਾ ਆ ਜੂ। ਫਿਰ ਅਗਲਾ ਕਹਿੰਦਾ ਯਾਰ ਮੈਂ ਕਿਉਂ, ਜਦੋਂ ਕਿਸੇ ਨੂੰ ਕੋਈ ਪਰਵਾਹ ਨਹੀਂ, ਮੈਂ ਕਿਉਂ ਪਰਵਾਹ? ਤੁਹਾਨੂੰ ਵੈਸੇ ਇਹ ਜਿਹੜੀ ਰਾਜਨੀਤੀ ਦੀ ਚਿੱਟ ਪੈ ਜਿਹੜੀ ਉਹ ਕਿਵੇਂ ਲੱਗੀ ਤੁਹਾਨੂੰ? ਮੇਰਾ ਖਿਆਲ ਆ ਜੀ ਵੀ ਇੱਕ ਕਲਾਕਾਰ ਜਿਹਨੂੰ ਲੋਕ ਸੁਣਦੇ ਹੋਣ, ਉਹ ਕਈ ਮੁੱਖ ਮੰਤਰੀਆਂ ਤੋਂ ਵੱਧ ਭਾਰ ਵਾਲਾ ਹੁੰਦਾ, ਕਿਉਂਕਿ ਉਹਨੂੰ ਕਾਂਗਰਸੀ ਵੀ, ਅਕਾਲੀ ਵੀ, ਆਪ ਵਾਲੇ ਵੀ, ਬਸਪਾ ਵਾਲੇ ਵੀ, ਲੋਕ ਇਨਸਾਫ ਪਾਰਟੀ ਵਾਲੇ ਵੀ, ਤੇ ਉਧਰ ਸਮਾਜਵਾਦੀ ਪਾਰਟੀ ਵਾਲੇ ਯੂਪੀ ਦੇ ਵਿੱਚ ਵੀ ਸਾਰੇ ਸੁਣਦੇ ਹੋਣਗੇ ਬੀਜੇਪੀ ਵਾਲੇ। ਫਿਰ ਉਹਦੀ ਵਰਗ ਵੰਡ ਹੋ ਜਾਂਦੀ ਹੈ। ਇੱਕ ਵੇਲਾ ਸੀ ਜਦੋਂ ਕੁਲਦੀਪ ਮਾਨਕ ਸਾਹਿਬ ਨੇ ਚੋਣ ਲੜੀ, ਸਤਿਕਾਰਯੋਗ ਉਹ ਦੁਨੀਆਂ ਦੇ ਵਿੱਚ ਨਹੀਂ, ਉਹਨਾਂ ਦਾ ਅਖਾੜਾ ਸੁਣਨ ਦੇ ਲਈ ਅੱਧਾ ਜਹਾਨ ਆ ਜਾਂਦਾ ਸੀ, ਜ਼ਮਾਨਤ ਜ਼ਬਤ ਹੋ ਗਈ। ਕੀ ਇਹਨਾਂ ਗੱਲਾਂ ਤੋਂ ਤੁਹਾਨੂੰ ਇਹ ਨਹੀਂ ਲੱਗਾ ਵੀ ਭਾਈ ਯਾਰ ਮੇਰਾ ਜੋ ਚੱਲਦਾ ਨਾ ਉਹ ਠੀਕ ਆ? ਐਸਾ ਕਿਹੜਾ ਬਲਬਲਾ ਸੀ ਜਿਹਦੇ ਕਰਕੇ MLA ਦੇ ਰਾਹ ਦੇ ਉੱਤੇ ਤੁਰਨ ਦੇ ਲਈ ਮਜਬੂਰ ਹੋਣਾ ਪਿਆ? ਕਈ ਬਲਬਲੇ ਸੀ, ਕੁਛ ਮੇਰੇ ਪਰਸਨਲ ਰੀਜ਼ਨਸ ਵੀ ਸੀ। ਸਾਡੇ ਤੋਂ ਸਾਡੇ ਅਧਿਆਤਮਿਕ ਲੈਵਲ ਜਿਹਨਾਂ ਦਾ ਅੱਧਾ ਸਾਡੇ ਸਿਰ ਤੇ ਬਹਿ ਕੇ ਸਾਡੇ ਸਿਰ 'ਚ ਡੰਡੇ ਮਾਰਦੇ ਆ ਲੋਕ। ਤੁਸੀਂ ਤਾਂ ਚੰਡੀਗੜ੍ਹ ਰਹਿੰਦੇ ਹੋ ਜਾਂ ਮੋਹਾਲੀ ਰਹਿੰਦੇ ਹੋਵੋਗੇ, ਮੈਂ ਪਿੰਡ 'ਚ ਰਹਿਣਾ ਜੀ। ਅਤੇ ਜੇ ਤੁਸੀਂ ਪਿੰਡ 'ਚ ਰਹਿੰਦੇ ਹੋ ਤਾਂ ਇੱਥੇ ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਤੁਸੀਂ ਕਦੇ ਫੇਸ ਹੀ ਨਹੀਂ ਕਰ ਸਕਦੇ। ਮੇਰੇ ਪਿੰਡ ਦੇ ਵਿੱਚ ਮੈਂ ਹਰੇਕ ਸਾਲ ਕੈਂਸਰ ਕੈਂਪ ਲਵਾਉਣਾ ਮੇਰੀ ਦਾਦੀ ਦੀ ਯਾਦ ਦੇ ਵਿੱਚ, ਅਤੇ ਤੁਸੀਂ ਯਕੀਨ ਨਹੀਂ ਕਰਨਾ ਹਰੇਕ ਸਾਲ 7 ਬੰਦਿਆਂ ਦਾ ਬੈਚ, 8 ਬੰਦਿਆਂ ਦਾ ਬੈਚ ਕੈਂਸਰ ਤਾਂ ਨਿਕਲਦਾ। ਉਹਦਾ ਕੈਂਸਰ ਦਾ ਕਾਰਨ ਕੀ ਹੈ? ਇੱਕ ਸਾਡੇ ਬਨਾਲੀ ਥਰਮਲ ਬਣਿਆ ਹੋਇਆ, ਇੱਕ ਖੋਖਰ ਪਿੰਡ ਥਰਮਲ ਬਣਿਆ। ਅਤੇ ਮੈਮ ਜੇ ਤੁਸੀਂ ਸਵੇਰੇ ਉੱਠੋਗੇ ਤੁਸੀਂ ਸਾਡਾ ਸਿੰਕ ਦੇਖੋਗੇ, ਮਨ ਮਨ ਪੱਕੀ ਲੀਨ ਹੈ, ਜੇ ਕੁੜਤਾ ਪਜਾਮਾ ਵੀ ਸੁੱਕਣਾ ਮਤਲਬ ਕਾਲਾ ਹੋ ਜਾਂਦਾ। ਮੰਨਦਾ ਮੇਰੇ ਕੋਲ ਚਾਰ ਪੈਸੇ ਪਰ ਮੈਂ ਹਵਾ ਸੋ। ਮੇਰਾ ਬਾਪ ਇੱਥੇ ਡਰਾਈਵਰ ਦੀ ਨੌਕਰੀ ਕਰਦਾ ਸ਼ਹਿਰ 'ਚ, ਜਿਹਦੇ 'ਚ ਮਨ ਮਨ ਪੱਕੇ ਪਾਣੀ ਖੜਾ ਹੁੰਦਾ। ਮੇਰੀ ਮਾਂ ਇਸ ਮੰਡੀ 'ਚ ਚਾਹ ਪੱਤੀ ਦਾ ਸਮਾਨ ਲੈਣ ਆਉਂਦੀ ਹੈ। ਮੈਂ ਬਣ ਗਿਆ, ਮੇਰੀ ਜ਼ਿੰਦਗੀ ਬਦਲ ਗਈ, ਮੇਰੇ ਮਾਂ ਪਿਓ ਤਾਂ ਨਹੀਂ ਬਦਲੇ, ਅਤੇ ਮੈਂ ਇੱਥੇ ਰਹਿਣਾ। ਸਭ ਤੋਂ ਵੱਡੀ ਪ੍ਰੋਬਲਮ ਮੇਰੀ ਇਹ ਹੈ। ਅਤੇ ਜੇ ਤੁਸੀਂ ਇੱਥੇ ਰਹਿੰਦੇ ਹੋ ਤਾਂ ਤੁਸੀਂ ਉਹੋ ਜਿਹੇ ਬੰਦੇ ਨੂੰ ਸਪੋਰਟ ਕਿਉਂ ਕਰੋ ਜੋ ਤੁਹਾਡੇ ਤੋਂ ਅਧਿਆਤਮਿਕ ਲੈਵਲ ਦੇ ਨੇ? ਤੁਸੀਂ ਉਹਨਾਂ ਨੂੰ ਪ੍ਰਮੋਟ ਕਿਉਂ ਕਰੋ? ਜੇ ਤੁਸੀਂ ਆਪ ਕਰ ਸਕਦੇ ਫਿਰ ਆਪ ਕਰੋ। ਮੈਂ ਤੁਹਾਨੂੰ ਦੱਸਾਂ,
ਇਹਦਾ ਵੀ ਰੀਜ਼ਨ ਮੈਂ 2 ਸਾਲਾਂ ਤੋਂ ਐਨਾਲਾਈਜ਼ ਕਰ ਰਿਹਾ ਸਾਰਾ ਕੁਛ, ਮੈਨੂੰ ਸਾਰੀਆਂ ਪਾਰਟੀਆਂ ਨੇ ਕੀਤਾ ਵੀ ਕਾਂਗਰਸ ਪਾਰਟੀ ਵੀ ਇੱਦਾਂ ਹੁੰਦਾ। ਪਹਿਲੀ ਗੱਲ ਤਾਂ ਮੇਰਾ ਪਹਿਲਾਂ ਸਾਡਾ ਪਰਿਵਾਰ ਕਾਂਗਰਸ ਹੀ ਸੀ, ਮੈਂ ਤਾਂ ਯਾਨੀ ਕਿ ਕੋਈ ਮੈਂ ਤਾਂ ਕਦੇ ਧਿਆਨ ਨਹੀਂ ਦਿੱਤਾ, ਨਿਊਟਰਲ ਚੱਲੇ ਜਿਹੜੇ ਮੇਰੇ ਮਨ ਨੂੰ ਆਈ ਮੈਂ ਕੀਤੀ, ਜਿੱਥੇ ਮੈਨੂੰ ਕਾਂਗਰਸ ਨੂੰ ਵੀ ਦਿੰਦੇ ਮੈਂ ਦਿੰਦੇ ਆ, ਠੀਕ ਹੈ। ਸੋ ਉਹ ਤੋਂ ਬਾਅਦ ਗੱਲ ਇਹ ਹੋਈ ਵੀ ਮਸਲਾ ਇਹ ਹੋਇਆ ਵੀ ਕਾਂਗਰਸ ਕਿਉਂ, ਜੇ ਅਸੀਂ ਸਾਰੇ ਸਮੀਕਰਨ ਲੈ ਕੇ ਚੱਲੀਏ 84 ਤੋਂ ਲੈ ਕੇ ਹੁਣ ਤੱਕ, ਜੇ ਸਾਡਾ ਸਿੱਖ ਰਾਸ਼ਟਰਪਤੀ ਬਣਿਆ ਤਾਂ ਕਾਂਗਰਸ ਦਾ ਸੀ, ਪ੍ਰਾਈਮ ਮਿਨਿਸਟਰ ਬਣਿਆ ਤਾਂ ਕਾਂਗਰਸ ਦਾ ਸੀ, ਜੇ ਸਾਡਾ ਫੌਜਾਂ ਦਾ ਜਰਨੈਲ ਜੇਜੇ ਸਿੰਘ ਬਣਿਆ ਤਾਂ ਕਾਂਗਰਸ ਦਾ ਸੀ, ਅਤੇ ਹੁਣ ਐਸ ਸੀ ਭਾਈਚਾਰੇ ਦਾ ਚਲੋ ਆਪਾਂ ਨੂੰ ਪਤਾ ਹੀ ਹੈ ਸੀ। ਸੋ ਸੈਕੂਲਰਿਜ਼ਮ ਹਿਸਟਰੀ ਕਾਂਗਰਸ ਦੀ ਵੀ ਇਹਦੇ 'ਚ ਇਹ ਨਹੀਂ ਕੋਈ ਪਰਿਵਾਰਵਾਦ ਹੈ। ਹੁਣ ਮੈਂ 7 ਕਿੱਲੇ ਦੀ ਕਬੀਲਦਾਰੀ ਚੁੱਕ ਕੇ ਮੈਨੂੰ ਟਿਕਟ ਮਿਲ ਗਈ, ਠੀਕ ਹੈ। ਜੇ ਮੈਂ ਦੂਜੀਆਂ ਕਰਦਾ, ਮੰਨ ਲਓ ਆਮ ਆਦਮੀ ਕਰ ਲੈਂਦਾ, ਮੰਨ ਲਓ ਬੀਜੇਪੀ ਕਰ ਲੈਂਦਾ, ਮੰਨ ਲਓ ਅਕਾਲੀ ਦਲ ਕਰ ਲੈਂਦਾ, ਮੈਂ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਵਿਸ਼ੇਸ਼ ਪਾਰਟੀ 'ਤੇ ਕੋਈ ਧੱਬੇ ਨਹੀਂ ਲਾਉਣਾ ਚਾਹੁੰਦਾ ਵੀ ਉਹ ਘਟੀਆਂ ਨੇ, ਪਰ ਮੈਂ ਆਪਣੇ ਪੁਆਇੰਟ ਆਫ ਵਿਊ ਨਾਲ ਦੇਖਿਆ ਵੀ ਮੈਨੂੰ ਕਿਹੜੀ ਠੀਕ ਲੱਗ ਰਹੀ, ਵੀ ਜੇ ਆਪਾਂ ਕੁਛ ਨਾ ਕੁਛ ਕਰਨਾ ਹੈ ਤਾਂ ਕੀ ਉਹਨਾਂ ਚੱਲ ਕੇ ਕਰ ਸਕਦੇ ਹਾਂ। ਸੋ ਜੇ ਅੱਜ ਦਾ ਮਾਹੌਲ ਦੇਖਿਆ ਜਾਵੇ, ਹੁਣ ਉਹੀ ਗੱਲ ਹੈ ਵੀ ਦਿੱਲੀ ਮਾਡਲ, ਦਿੱਲੀ ਮਾਡਲ, ਉਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਆਪਾਂ ਲੰਬੀ ਹੋ ਜੂਗੀ ਗੱਲ, ਵੀ ਮੈਨੂੰ ਉਹ ਠੀਕ ਨਹੀਂ ਲੱਗੀ, ਮੈਨੂੰ ਬਹੁਤ ਅਪਰੋਚਿਸ ਆਈਆਂ। ਸੋ ਮੈਨੂੰ ਲੱਗਿਆ ਵੀ ਇਹ ਠੀਕ ਹੈ, ਮੈਂ ਲਾਈਵ ਬੋਲਿਆ ਸੀਗਾ, ਸੋ ਮੈਨੂੰ ਕਈ ਬੰਦੇ ਨੇ ਕਿਹਾ ਤੂੰ ਭਾਈ ਤੂੰ ਕਾਤਲਾਂ ਦੀ ਪਾਰਟੀ ਜੁਆਇਨ ਕਰੀ 84, ਮੈਂ ਠੀਕ ਹੈ ਬਾਈ ਮੈਂ ਜੁਆਇਨ ਕਰੀ, ਪਰ ਮੈਂ ਕਿਹਾ ਤੁਸੀਂ ਕਾਤਲਾਂ ਨੂੰ ਵੋਟਾਂ ਕਿਉਂ ਪਾਈਆਂ, 3 ਵਾਰੀ ਸਰਕਾਰ ਤੁਸੀਂ ਬਣਾਈ ਹੈ, ਮੇਰੇ 3 ਜਣਿਆਂ ਦੀਆਂ ਵੋਟਾਂ ਨਾਲ ਨਹੀਂ ਬਣੀ। ਜਦੋਂ ਵੀ ਕੋਈ ਸਰਕਾਰ ਕਾਰਜਕਾਲ 'ਚ ਆਉਂਦੀ ਹੈ ਉਹਦੇ ਕਾਰਜਕਾਲ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ, ਗਲਬੀਆਂ ਨਹੀਂ ਹੁੰਦੀਆਂ ਪਿੱਛੇ। ਸੋ ਜੋ ਵੀ ਹੁੰਦਾ ਉਹ ਇੱਕ ਪਾਸੜ ਨਹੀਂ ਹੁੰਦਾ ਕਦੇ, ਉਹਦੇ 4-5 ਖੂੰਜੇ 4-5 ਸੈਕਟਰ ਹੁੰਦੇ ਨੇ ਜਿਹੜੇ ਨੂੰ ਲੈ ਕੇ ਜਾਂਦੇ ਨੇ। ਜੇ ਹੁਣ 84 ਦੇ ਸੈਕਟਰ ਦੇਖ ਲਈਏ, 84 ਕਿਵੇਂ ਹੋਈ, 84 ਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਆਰਡਰ ਸੀ ਤਾਂ ਹੋਈ। ਹੁਣ ਗੱਲ ਸੀ ਹਿਸਟਰੀ ਦੱਸਣੀ ਸੀ ਬਾਈ ਨੇ ਕਿ 84 ਦੇ ਵਿੱਚ ਕੀ ਹੋਇਆ, 84 ਦੇ ਦੰਗਿਆਂ ਦੀ ਗੱਲ ਪਤਾ ਹੋਣੀਆਂ ਜੀ, ਸਾਨੂੰ ਵੀ ਇਤਨਾ ਖਾਸ ਨਹੀਂ ਪਤਾ ਕਿ 84 ਚ ਦੰਗੇ ਹੋਏ ਸਨ, ਕਿੰਨੇ ਕਰਵਾਏ ਸੀ, ਕਿੰਜ ਕਰਵਾਏ ਸੀ, ਬਾਕੀ ਇੰਨਾ ਇਲਾ ਮੈਂ ਕਿਵੇਂ 84 ਚ ਦੰਗੇ ਹੋਏ ਸੀ, ਇਤਨਾ ਪਤਾ ਕਿ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਸੀ। ਅਗਲੀ ਵੀਡੀਓ ਦੇਖਾਂਗੇ, ਅਗਲੇ ਪਾਰਟ 'ਚ ਪਤਾ ਚੱਲ ਜਾਏਗਾ, ਬਾਈ ਵੀ ਗੱਲ ਕਰੇਗਾ ਉਹਦੇ 'ਤੇ, ਅਤੇ ਆਪਣੀਆਂ ਵੀ ਗੱਲਾਂ ਸਾਂਝੀਆਂ ਕਰਾਂਗੇ। ਬਾਕੀ ਬਾਈ ਨੂੰ ਪਹਿਲਾਂ ਜਿੰਨੀਆਂ ਇਹਨਾਂ ਨੇ ਸਲੂਣੀਆਂ ਕੀਤੀਆਂ ਨੇ ਨਾ, ਉਹਨਾਂ 'ਚ ਹਰ ਇੱਕ ਨੂੰ ਸਿੱਧੂ ਮੂਸੇਵਾਲੇ ਨੇ ਬੁੱਕ ਕੀਤਾ, ਹਰ ਇੱਕ ਗੱਲ ਨੂੰ ਜਿਹੜੀ ਵੀ ਉਹਨਾਂ ਗੱਲ ਦਿੱਤੀ ਹੈ ਉਹਨੇ ਜਵਾਬ ਕੱਢ ਕੇ ਉਸੇ ਟਾਈਮ ਆਖਿਆ ਮੈਂ ਬੈਠਾ ਇੱਥੇ ਪੁੱਛੋ, ਸਾਡੇ ਵੱਲੋਂ ਮਿੱਤਰ ਹੋ ਗਿਆ ਲਵ ਯੂ, ਤੇ ਮਿਲਣੇ ਅਗਲੀ ਨਵੀਂ ਵੀਡੀਓ ਦੇ ਵਿੱਚ, ਸਾਨੂੰ ਦਿਓ ਇਜਾਜ਼ਤ।